ਮਹਾਰਾਣੀ ਜਿੰਦਾ ਵੱਲੋਂ ਭੇਜੇ ਸੰਦੇਸ਼ ਵਿੱਚ ਵੰਗਾਰ ਨੂੰ ਪੜ੍ਹਨ ਤੋਂ ਬਾਅਦ ਸਿੱਖ ਰਾਜ ਦੇ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ 8 ਫਰਵਰੀ 1846 ਕੌਮੀ ਪ੍ਰਵਾਨਿਆਂ ਨੂੰ ਜ਼ਿਲ੍ਹਾ ਲਈ ਤਕਰੀਰਾਂ ਕੀਤੀਆਂ ਕਿ ਖਾਲਸਾ ਜੀ ਪੰਜਾਬ ਦੀ ਲਾਜ ਰੱਖਣੀ, ਕਲਗੀਧਰ ਦੇ ਛੱਕੇ ਅੰਮ੍ਰਿਤ ਦਾ ਮਾਣ ਰੱਖਣਾ ਸਾਡਾ ਫਰਜ਼ ਹੈ। ਜੋ ਸੁਣ ਕੇ ਸੂਰਮੇ ਸਰਦਾਰਾਂ ਨੇ ਬੋਲੇ ਸਾਹਿਬ ਨਿਹਾਲ ਦੇ ਜੈਕਾਰੇ ਗਜਾਏ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਸਮੇਤ ਸ਼ਹੀਦੀ ਜਥਾ ਸਤਿਗੁਰੂ ਕਲਗੀਧਰ ਪਾਤਸ਼ਾਹ ਅੱਗੇ ਇੱਕ ਅਰਦਾਸ ਕਰਕੇ ਤੁਰਦੇ ਹਨ ਕਿ ਵਾਪਸ ਜਿੱਤ ਕੇ ਹੀ ਆਵਾਂਗੇ, ਨਹੀਂ ਤਾਂ ਅਟਾਰੀ ਵਾਪਸ ਨਹੀਂ ਆਵਾਂਗੇ। 10 ਫਰਵਰੀ 1846 ਸਵੇਰੇ ਸੂਰ ਚੜ੍ਹਨ ਤੋਂ ਪਹਿਲਾਂ ਫਿਰੰਗੀ ਸਿੰਘਾਂ ਦੇ ਟਿਕਾਣਿਆਂ ਉੱਤੇ ਹਮਲਾ ਕਰਦਾ ਹੈ, ਪਰ ਸਿੱਖ ਫੌਜਾਂ ਉਸ ਨੂੰ ਨਾਕਾਮ ਕਰ ਦਿੰਦੀਆਂ ਨੇ। ਗੋਰੇ ਤੋਪਾਂ ਨਾਲ ਗੋਲਿਆਂ ਦਾ ਮੀਂਹ ਵਰਸਾ ਦਿੰਦੇ ਨੇ, ਪਰ ਨਾਕਾਮ 1-2-3 ਹਮਲੇ ਤਿੰਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ। ਫਿਰੰਗੀ ਡਰ ਕੇ ਪਿੱਛੇ ਹਟ ਗਿਆ। ਸਰਦਾਰ ਸ਼ਾਮ ਸਿੰਘ ਅਟਾਰੀ ਨੇ 9:30 ਸਵੇਰੇ ਧੁੰਦ ਹਟਣ ਤੋਂ ਬਾਅਦ ਜਦੋਂ ਰਾਹੀ ਬਖਸ਼ ਨੂੰ ਤੋਪਾ ਚਲਾਉਣ ਨੂੰ ਆਖਿਆ ਤਾਂ ਉਸਨੇ ਜਵਾਬ ਦਿੱਤਾ, ਸਰਦਾਰ ਜੀ ਆਪਣੇ ਨਾਲ ਗਦਾਰੀ ਹੋ ਗਈ। 12,000 ਫੌਜ ਗਦਾਰ ਡੋਗਰਾ ਤੇਜਾ ਸਿਉਂ ਅਤੇ ਡੋਗਰਾ ਲਾਲ ਸਿਉਂ ਲੈ ਕੇ ਭੱਜ ਗਏ ਨੇ ਅਤੇ ਡੋਗਰਾ ਗੁਲਾਬ ਸਿੰਘ ਗੋਲੀਆਂ ਬਾਰੂਦ ਦੀ ਥਾਂ ਰੇਤਾ ਦਾਲਾਂ ਅਤੇ ਸਰੋਂ ਭੇਜ ਰਿਹਾ। ਸਰਦਾਰ ਸ਼ਿਆਮ ਸਿੰਘ ਅਟਾਰੀ ਨੇ ਹੱਥ ਵਿੱਚ ਫੜੀ ਕਿਰਪਾਨ ਨੂੰ ਮੱਥੇ ਨਾਲ ਲਾ ਕੇ ਕਿਹਾ, ਫਿਰ ਕੀ ਹੋਇਆ, ਗੋਲੀਆਂ ਬਾਰੂਦ ਨਹੀਂ, ਕਲਗੀਧਰ ਪੇਤਾ ਨੇ ਤੇਗ ਕਿਸ ਲਈ ਬਖਸ਼ਿਸ਼ ਕੀਤੀ ਹੈ? ਸੁਣ ਕੇ ਸਾਰੇ 8,000 ਯੋਧਿਆਂ ਨੇ ਤੇਗਾਂ ਮਿਆਨ ਵਿੱਚੋਂ ਕੱਢ ਲਈਆਂ ਅਤੇ ਸੂਰਮੇ ਜਰਨੈਲ ਪਿੱਛੇ ਗੋਰਿਆਂ ਉੱਪਰ ਟੁੱਟ ਪਏ। ਸਰਦਾਰ ਸ਼ਾਮ ਸਿੰਘ ਅਟਾਰੀ ਨੇ ਅਜਿਹੀ ਲੜਾਈ ਲੜੀ ਕਿ ਮੁਰਿਆ ਪੱਤਿਆਂ ਵਾਂਗੂ ਉੱਡਿਆ ਯਾਦ ਸਿੱਖਾਂ ਦੇ ਆਖਰੀ ਜਰਨੈਲ ਨੂੰ ਲੜਦਿਆਂ ਦੇਖ ਕੇ ਦੁਸ਼ਮਣ ਨੂੰ ਸਰਦੀ ਵਿੱਚ ਵੀ ਪਸੀਨੇ ਆ ਗਏ ਸੀ। ਸਰਦਾਰ ਨੂੰ ਘੇਰਾ ਪਾ ਕੇ ਮਾਰਨ ਗਿਆ ਫਰੰਗੀ ਜਰਨੈਲ ਸਰ ਰਾਬਰਟ ਡਿਕ ਸਰਦਾਰ ਦੀ ਤੇਗ ਮੂਹਰੇ 1 ਸੈਕਿੰਡ ਨਾ ਟਿਕ ਸਕਿਆ ਅਤੇ ਟੋਟੇ ਟੋਟੇ ਹੋ ਕੇ ਧਰਤੀ 'ਤੇ ਖਿਲਰ ਗਿਆ। ਮੈਦਾਨ ਵਿੱਚ ਤਰਥੱਲੀ ਮੱਚ ਗਈ। ਫਰੰਗੀਆਂ ਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਸੀ। ਫਿਰ ਇੱਕ ਗੋਲੀ, ਦੂਜੀ ਗੋਲੀ, ਤੀਜੀ ਗੋਲੀ ਸਰਦਾਰ ਦੇ ਸਰੀਰ ਦੇ ਆਰ ਪਾਰ। ਦਸ਼ਮੇਸ਼ ਪਿਤਾ ਦਾ ਪੁੱਤ ਅਣਖੀ ਜਰਨੈਲ ਪਹਿਲਾਂ ਵਾਂਗ ਹੀ ਲੜ ਰਿਹਾ, ਸਰੀਰ ਵਿੱਚੋਂ ਲਹੂ ਦੇ ਫੁਹਾਰੇ ਫੁੱਟ ਰਹੇ ਨੇ। ਫਿਰ 4th, 5th, 6th, 7 ਗੋਲੀਆਂ, 10 ਤਲਵਾਰਾਂ ਅਤੇ ਨੇਜਿਆਂ ਦੇ ਗਹਿਰੇ ਫੁੱਟ ਲੱਗਣ ਤੋਂ ਬਾਅਦ ਖਾਲਸਾ ਰਾਜ ਦਾ ਆਖਰੀ ਜਰਨੈਲ ਘੋੜੇ ਤੋਂ ਹੇਠਾਂ ਡਿੱਗ ਕੇ ਸਦਾ ਦੀ ਨੀਂਦ ਸੌਂ ਜਾਂਦਾ ਅਤੇ ਖਾਲਸਾ ਰਾਜ ਦਾ ਚਮਕਦਾ ਸੂਰਜ ਸਿਖਰ ਦੁਪਹਿਰੇ ਡੁੱਬ ਜਾਂਦਾ। ਸਭਰਾਵਾਂ ਦਾ ਜੇਤੂ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਬਿਨਾਂ ਹਥਿਆਰਾਂ ਦੇ ਦੁਨੀਆਂ ਦੀ ਸਭ ਤੋਂ ਵੱਡੀ ਤਾਕਤਵਰ ਫੌਜ ਨਾਲ ਹੋਈ ਜੰਗ ਨੂੰ ਜਿੱਤ ਕੇ ਜੰਗੇ ਮੈਦਾਨ ਅੰਦਰ ਸ਼ਹਾਦਤ ਤੋਂ ਬਾਅਦ ਵੀ ਹੱਥ ਵਿੱਚ ਕਿਰਪਾਨ ਫੜੀ ਸਿੱਖ ਕੌਮ ਲਈ ਸੰਦੇਸ਼ ਦੇ ਰਿਹਾ ਸੀ ਕਿ ਈਨ ਮੰਨੀ ਨਹੀਂ, ਜੰਗ ਜਾਰੀ ਹੈ। ਇੱਕ ਸ਼ਾਨਦਾਰ ਜਿੱਤ ਗਦਾਰਾਂ ਦੀ ਚੁਗਲੀ ਕਾਰਨ ਹਾਰ ਵਿੱਚ ਬਦਲ ਗਈ। ਜੰਗ ਸਮਾਪਤ ਹੋਣ ਤੋਂ ਬਾਅਦ ਮੈਦਾਨ ਵਿੱਚ ਸਦਾ ਦੀ ਨੀਂਦ ਸੁੱਤੇ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਪੈਰਾਂ ਵੱਲ ਖੜਾ ਹੋ ਕੇ ਜਨਰਲ ਹਿਊ ਗਫ ਸਲੂਟ ਮਾਰ ਕੇ ਟੋਪੀ ਲਾ ਕੇ ਆਖਦਾ ਹੈ, ਤੇਰੀ ਕੁਰਬਾਨੀ ਅੱਗੇ ਸੀਸ ਨਿਵਾਉਂਦਾ ਹਾਂ। ਕਾਸ਼ ਅਜਿਹੀ ਸ਼ਹਾਦਤ ਕਿਸੇ ਈਸਟ ਇੰਡੀਆ ਕੰਪਨੀ ਵੱਲੋਂ ਹੁੰਦੀ ਤਾਂ ਦੁਨੀਆ ਦੇਖਦੀ ਸਰਦਾਰ ਸ਼ਾਮ ਸਿੰਘ ਤੇਰੀ ਸ਼ਹਾਦਤ ਨੂੰ। ਅੰਗਰੇਜ਼ ਕਮਾਂਡਰ ਇਨ ਚੀਫ ਲਾਰਡ ਗਫ ਬ੍ਰਿਟਿਸ਼ ਪ੍ਰਧਾਨ ਲਾਰਡ ਪੀਲ ਨੂੰ ਭੇਜੀ ਰਿਪੋਰਟ ਵਿੱਚ ਲਿਖਦਾ ਹੈ ਕਿ ਇੱਕ ਕਮਾਂਡਰ ਇਨ ਚੀਫ ਦੀ ਹੈਸੀਅਤ ਵਿੱਚ ਮੈਨੂੰ ਆਪਣੇ ਦੁਸ਼ਮਣ ਸਿੱਖਾਂ ਬਾਰੇ ਨਿੱਜੀ ਭਾਵਨਾਵਾਂ ਵਿਅਕਤ ਕਰਨ ਦੀ ਖੁੱਲ੍ਹ ਨਹੀਂ ਹੈ, ਪਰ ਫਿਰ ਵੀ ਮੈਂ ਤੁਹਾਨੂੰ ਦੱਸਣ ਤੋਂ ਨਹੀਂ ਰਹਿ ਸਕਦਾ ਕਿ ਸਿੱਖ ਫੌਜ ਨਿੱਜੀ ਤੌਰ 'ਤੇ ਅਤੇ ਸਮੂਹਿਕ ਤੌਰ 'ਤੇ ਮਹਾਨ ਨਾਇਕਾਂ ਦੀ ਤਰ੍ਹਾਂ ਅੰਤ ਤੱਕ ਜੂਝਦੇ ਰਹੇ ਸਨ। ਜੋ ਹਾਸ਼ਰ ਅਸੀਂ ਅਜਿਹੇ ਨਾਇਕਾਂ ਦਾ ਕੀਤਾ ਸੀ, ਇੱਕ ਮਨੁੱਖ ਹੋਣ ਦੇ ਨਾਤੇ ਉਹਨਾਂ ਨਾਇਕਾਂ ਲਈ ਮੈਂ ਜਾਰ ਜਾਰ ਰੋਣੋ ਅਤੇ ਹੰਝੂ ਵਹਾਉਣ ਤੋਂ ਕਦੇ ਵੀ ਨਾ ਰੁਕਦਾ। ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਸ਼ਹਾਦਤ ਨੂੰ ਆਵਾਜ਼ੀ ਕਾਮ ਟੀ ਵੀ ਵੱਲੋਂ ਅਸੀਂ ਕੋਟਨ ਕੋਟ ਪ੍ਰਣਾਮ ਕਰਦੇ ਹਾਂ।